ਕਿਉਂ ਨਹੀਂ ਹੋ ਰਿਹਾ? ਗੁਰਦਰਸ਼ਨ ਸਿੰਘ ਢਿੱਲੋਂ ਦੀ ਆ ਸਪੀਚ ਆ ਜੀ, ਜੀ ਇਹਨੂੰ ਸੁਣ ਕੇ ਦੇਖ ਲੈਣੇ ਆਪਾਂ। ਫੇਸਬੁੱਕ ਤੇ ਸ਼ੇਅਰ ਕੀਤੀ ਹੋ ਸੀ ਪਰ ਫਿਰ ਵੀ ਸਰੋਤਿਆਂ ਦੇ ਨਾਲ ਆਪਾਂ ਕਰਕੇ ਜਿਹੜੀਆਂ ਆਪਣੀਆਂ ਟਿੱਪਣੀਆਂ ਆ ਉਹ ਅਸੀਂ ਨਾਲ ਦੀ ਨਾਲ ਕਰਕੇ ਇਹਨੂੰ ਸੁਣ ਕੇ ਦੇਖ ਲਓ, ਸਾਨੂੰ ਪਤਾ ਲੱਗ ਜਾਊਗਾ ਵੀ ਇਹ ਕਮਜ਼ੋਰੀ ਕਿੱਥੇ ਆ ਜਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ। ਜੇ ਭਿੰਡਰਾਂ ਵਾਲਿਆਂ ਦੇ ਸੰਬੰਧ ਵਿੱਚ ਗੁਰਦਰਸ਼ਨ ਸਿੰਘ ਢਿੱਲੋਂ ਵਰਗੇ ਦੀ ਅਜਮੇਰ ਸਿੰਘ ਦੇ ਬਾਰੇ ਆਪਾਂ ਕਈ ਵਾਰੀ ਵਿਚਾਰ ਚੁੱਕੇ ਆ, ਜੇ ਉਹਨਾਂ ਦੀ ਇਹ ਅੰਡਰਸਟੈਂਡਿੰਗ ਆ ਤੇ ਅਸੀਂ ਆਮ ਬੰਦਿਆਂ ਤੋਂ ਜਾਂ ਜਿਹੜੇ ਪੋਲੀਟੀਕਲੀ ਮੋਟੀਵੇਟਡ ਬੰਦੇ ਆ ਉਹਨਾਂ ਤੋਂ ਕਿੱਦਾਂ ਅਸੀਂ ਆਸ ਕਰ ਸਕਦੇ ਆ ਵੀ ਉਹ ਇਮਾਨਦਾਰ ਹੋਣਗੇ ਜਾਂ ਚੰਗੀ ਸੋਚ ਰੱਖਦੇ ਹੋਣਗੇ? ਬਿਲਕੁਲ ਹਾਂਜੀ, ਚੱਲੀ ਸੀ ਇਹਨਾਂ ਨੇ ਆਪਣੇ ਪ੍ਰੋਫੈਸਰ ਗੁਰਤੇਜ ਸਿੰਘ ਹੋਣੀ ਬਹੁਤ ਲੰਬੀ ਗੱਲ ਕਹਿ ਕੇ ਗਏ, ਬੜੇ ਬਹਾਦਰ, ਬੜੇ ਸੂਰਮੇ, ਬੜੇ ਸ਼ਾਤਰ। ਹਾਂ ਹੈ, ਜਾਣੀ ਹੁਣ ਜਦੋਂ ਇਹ ਗੱਲਾਂ ਇਸੇ ਕਰਕੇ ਸਾਨੂੰ ਲੱਗਦਾ ਵੀ ਅਜਮੇਰ ਸਿੰਘ ਹੋਇਆ, ਇਹ ਢਿੱਲੋਂ ਹੋਇਆ, ਗੁਰਤੇਜ ਸਿੰਘ ਹੋਇਆ ਜੀ, ਚਲੋ ਅਜਮੇਰ ਸਿੰਘ ਦਾ ਜੇ ਟਕਸਾਲੀਆਂ ਵਾਲੇ ਪਾਸੇ ਆ, ਪਰ ਇਹ ਇਹ ਜਿਹੜੇ ਢਿੱਲੋਂ ਆ, ਗੁਰਤੇਜ ਸਿੰਘ ਆ, ਆਈਐਸ ਜਿਹੜਾ ਪ੍ਰਭਦੀਪ ਹੁਣੀ ਪਿੱਛੇ ਸੈਮੀਨਾਰ ਕੀਤਾ, ਗੋਲਡੀ ਹੁਣੀ ਆ, ਹਨਾ ਇਹ ਖਾਲਸਾ ਨਿਊਜ਼ ਵਾਲਾ ਗਰੁੱਪ ਆ, ਈਵਨ ਪ੍ਰੋਫੈਸਰ ਦਰਸ਼ਨ ਸਿੰਘ ਆ, ਇਹ ਬੰਦੇ ਜਦੋਂ ਇਹ ਬੰਦੇ ਜਿਹੜੇ ਸਮਝਦੇ ਆ ਇਸ ਚੀਜ਼ ਨੂੰ, ਜਿਹੜੇ ਬੰਦੇ ਇੱਕ ਪਾਸੇ ਦਸਮ ਗ੍ਰੰਥ ਦਾ ਵਿਰੋਧ ਕਰਦੇ ਆ, ਉਹ ਬੰਦੇ ਜਦੋਂ ਭਿੰਡਰਾਂ ਵਾਲਿਆਂ ਦੇ ਹੱਕ ਵਿੱਚ ਬੋਲਦੇ ਆ ਨਾ, ਹੱਕ ਵਿੱਚ ਬੋਲਣਾ ਕੋਈ ਮਾੜੀ ਗੱਲ ਨਹੀਂ, ਠੀਕ ਆ, ਜੈਨੂਅਲੀ ਕਹਿਣ, ਪਰ ਜਿਹੜੀਆਂ ਗੱਲਾਂ ਹੁਣ ਜਦੋਂ ਇਹ ਕਿਹਾ ਜਾਂਦਾ ਵੀ ਬਹੁਤ ਬਹਾਦਰ ਸੀ, ਬਹੁਤ ਸੂਰਮਾ ਸੀ, ਕੋਈ ਬੰਦਾ ਸਾਨੂੰ ਇਸ ਗੱਲ ਬਾਰੇ ਥੋੜਾ ਜਿਹਾ ਚਾਨਣਾ ਪਾ ਸਕਦਾ ਆ ਵੀ ਕਿਹੜੀਆਂ ਗੱਲਾਂ ਕਰਕੇ ਅਸੀਂ ਕਹਿੰਦੇ ਆ ਭਿੰਡਰਾਂ ਵਾਲੇ ਬਹੁਤ ਬਹਾਦਰ ਸੀਗੇ, ਕਿਹੜੇ ਕਿਹੜੇ ਕੰਮ ਕੀਤੇ ਉਹਨੀ, ਤੇ ਕੋਈ ਇਦਾਂ ਦਾ ਕੋਈ ਫੈਸਲਾ ਲਿਆ ਹੋਵੇ ਉਹਨੀ, ਸਪੀਚਾਂ ਹੀ ਸੀਆਂ ਨਾ ਸਿਰਫ, ਉਹ ਵੀ ਉਹ ਸਪੀਚਾਂ ਜਿਹਦੇ ਵਿਚ ਗਰੰਟੀ ਸੀ ਵੀ ਕੁਛ ਨੀ ਹੋਣਾ, ਸਹੀ ਆ, ਠੀਕ ਆ, ਉਹ ਦਰਬਾਰ ਸਾਹਿਬ ਦੇ ਅੰਦਰ ਤਾਂ ਕਦੇ ਮਿਲਟਰੀ ਚੱਲ ਜਾਊਗੀ ਇਹਦੇ ਬਾਰੇ ਗੱਲ ਹੀ ਨਹੀਂ ਸੀ ਕੋਈ ਵੀ ਨਾ, ਕਿਉਂਕਿ ਉਹ ਜਿਹੜੀਆਂ ਤਾਰਾਂ ਆ ਉਹ ਗਿਆਨੀ ਜੈਲ ਸਿੰਘ ਦੇ ਨਾਲ ਪਹਿਲੇ ਦਿਨ ਤੋਂ ਟਕਸਾਲ ਦੀਆਂ ਜੁੜੀਆਂ ਸੀ, ਠੀਕ ਆ, ਹੁਣ ਉਹ ਚਾਹੇ ਪੁਲਿਸ ਨੇ ਫੜਿਆ ਆ ਵੀ ਹੁਣ ਬੰਬੇ ਵਰਗੇ ਸ਼ਹਿਰ ਦੇ ਵਿਚੋਂ ਜੀ ਚਰਚਾ ਚੱਲਦੀ ਆ ਤੇ ਉਥੋਂ ਐਨ ਪੂਰੇ ਹਥਿਆਰਾਂ ਦੇ ਨਾਲ ਲੈਸ ਬਾਸਿਆ ਤੇ ਦਸ ਸਾਰੀਆਂ ਸਟੇਟਾਂ ਵਿਚ ਹੀ ਲੰਘ ਕੇ ਪੰਜਾਬ ਚ ਆ ਵੜਦੀ ਆ ਜੀ, ਹਨਾ ਕੋਈ ਗੱਲ ਨੀ ਹੁੰਦੀ, ਹਨਾ ਉਹ ਜਦੋਂ ਹੁਣ ਹਰਿਆਣੇ ਗੱਲ ਹੁੰਦੀ ਆ ਉਥੋਂ ਨਿਕਲੇ ਆਉਂਦੇ ਆ ਉਹ ਤੇ ਚੌਂਕ ਮਹਿਤੇ ਆ ਕੇ ਫੜਨ ਦੀ ਗੱਲ ਹੁੰਦੀ, ਉੱਥੇ ਹਜ਼ਾਰਾਂ ਦਾ ਇਕੱਠ ਹੋ ਜਾਂਦਾ, ਹਨਾ ਗੋਲੀ ਚੱਲਦੀ ਆ, 15 ਨੌਜਵਾਨ ਮਰਦੇ ਆ ਜੀ, ਹਨਾ ਵੀ ਉਹਦੇ ਚ ਬਹਾਦਰੀ ਵਾਲੀ ਗੱਲ ਕਿੱਥੇ ਆ, ਕਿਹੜਾ ਫੈਸਲਾ ਆ, ਉਹ ਕੋਈ ਫੈਸਲਾ ਅਸੀਂ ਸੁਣਨਾ ਚਾਹੁੰਦੇ ਆ ਜਿਹਦੇ ਕਰਕੇ ਅਸੀਂ ਇਹ ਕਹਿੰਦੇ ਆ। ਹੁਣ ਜਿਹੜੀ ਦਰਬਾਰ ਸਾਹਿਬ ਦੀ ਲੜਾਈ ਹੋਈ ਆ ਜੀ, ਉਹ ਲੜਾਈ ਕਰਨ ਦਾ ਫੈਸਲਾ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਸੀ ਜਾਂ ਸਰਕਾਰ ਦਾ ਸੀ, ਠੀਕ ਆ, ਗੱਲ ਤਾਂ ਇਹ ਆ। ਬਹਾਦਰੀ ਤਾਂ ਤੁਸੀਂ ਤਾਂ ਕਹਿੰਦੇ ਵੀ ਸਰਕਾਰ ਆਈ ਸੀ ਦਰਬਾਰ ਸਾਹਿਬ ਤੇ ਅਟੈਕ ਕਰਨ, ਉਨੀ ਲੱਭਿਆ ਬਹਾਨਾ ਵੀ ਇਸ ਬਹਾਨੇ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਹਜ਼ਾਰਾਂ ਦੇ ਹੋਏ ਇਕੱਠ ਜਿਹੜੇ ਨਜਾਇਜ਼ ਵਿਚਾਰੇ ਜਿਹੜੇ ਨਿਰਦੋਸ਼ ਲੋਕ ਆ ਉਹਨਾਂ ਨੂੰ ਕਤਲ ਕਰਕੇ ਸਿੱਖਾਂ ਨੂੰ ਸਬਕ ਦਈਏ, ਠੀਕ ਆ, ਵੀ ਭਿੰਡਰਾਂ ਵਾਲਾ ਸੂਰਵੀਰ ਨਿਕਲਿਆ, ਉਹ ਨਿਕਲਿਆ ਬਹਾਦਰ ਜਦੋਂ ਉਹਨੇ ਪਹਿਲੀ ਅਨਾਊਂਸਮੈਂਟ ਕੀਤੀ ਨਾ ਆਪਣੇ 250 ਸਿੰਘਾਂ ਨੂੰ ਲੈ ਕੇ ਸਾਹਮਣੇ ਬਾਹਰ ਦਰਸ਼ਨੀ ਡਿਹੜੀ ਤੋਂ ਬਾਹਰ ਗਲੀ ਦੇ ਵਿਚ ਆ ਗਏ, ਠੀਕ ਆ, ਉਹ ਕਹਿੰਦੇ ਮੈਂ ਆ ਜਰਨੈਲ ਸਿੰਘ ਭਿੰਡਰਾਂ ਵਾਲਾ, ਆ ਮੇਰਾ ਨਾਂ ਸਵੇਗ ਸਿੰਘ, ਆ ਸਾਡੇ ਸਿੰਘ ਆ, ਜਿਹੜੀ ਗੱਲ ਕਰਨੀ ਸਾਡੇ ਨਾਲ ਕਰੋ, ਖਬਰਦਾਰ ਜੇ ਦਰਬਾਰ ਸਾਹਿਬ ਵੱਲ ਨੂੰ ਮੂੰਹ ਕੀਤਾ ਕਿਸੇ ਪੂਰਨ ਤੌਰ ਤੇ ਜ਼ਿੰਮੇਵਾਰੀ ਲੈ ਕੇ ਗੱਲ ਕਰਨ, ਫਿਰ ਤੁਸੀਂ ਕਹਿੰਦੇ ਵੀ ਸੂਰਮਾ ਸੀ, ਬਹਾਦਰ ਸੀ, 5 ਦਿਨ ਅਨਾਊਂਸਮੈਂਟ ਹੁੰਦੀ ਰਹੀ ਕਿ ਉਹਨਾਂ ਨੂੰ ਉਹਨਾਂ ਬੰਦਿਆਂ ਨੂੰ ਅੰਦਰ ਬੈਠਿਆਂ ਨੂੰ ਯਾਰ ਇਹ ਪਤਾ ਨਹੀਂ ਸੀ ਵੀ 5ਵੇਂ ਪਾਤਸ਼ਾਹ ਦਾ ਗੁਰਪੁਰਬ ਆ, ਹਜ਼ਾਰਾਂ ਦੀ ਸੰਗਤ ਆ ਇੱਥੇ, ਬਿਲਕੁਲ ਬਿਲਕੁਲ ਕਲੀਅਰ ਸੀ ਗੱਲ ਵੀ ਜੇ ਅਸੀਂ ਨਾ ਗਏ, ਉਹ ਵਾਰ ਵਾਰ ਕਹਿ ਰਹੇ ਆ ਇਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਨਾਲ ਲੜਨ ਆਏ ਆ, ਅੰਦਰੋਂ ਮੋਰਚੇ ਲਾ ਲਏ ਤੁਸੀਂ, ਹਨਾ ਇਹ ਨੀ ਸੋਚਿਆ ਵੀ ਜਦੋਂ ਗੋਲੀ ਚੱਲੂਗੀ ਉਹਦੇ ਨਾਲ ਨਜਾਇਜ਼ ਲੋਕ ਕਿੰਨੇ ਮਰਨਗੇ ਵਿਚਾਰੇ।
ਜਦੋਂ ਆਪਾਂ ਅੰਦਰ ਮੋਰਚੇ ਬਣਾ ਰਹੇ ਹਾਂ ਤੇ ਉੱਥੇ ਗੱਲ ਕਲੀਅਰ ਹੈ ਨਾ ਵੀ ਇੱਕ ਲੜਾਈ ਹੋਣੀ ਹੈ ਉੱਥੇ ਸਾਨੂੰ ਕਲੀਅਰ ਹੋ ਗਈ ਉੱਥੇ ਜ਼ਰੂਰਤ ਸੀ ਜ਼ਿੰਮੇਵਾਰੀ ਲੈਣ ਦੀ ਸਾਹਮਣੇ ਹੋ ਕੇ ਉਹ ਗੱਲ ਕਰਦੇ ਵੀ ਅਸੀਂ ਸਾਡੇ ਨਾਲ ਗੱਲ ਕਰੋ ਤੁਸੀਂ ਕੀ ਕਰਨੀ ਹੈ ਤੇ ਗਾਂ ਫਿਰ ਆਪੀ ਰਾਹ ਸੌਖਾ ਹੋ ਜਾਣਾ ਸੀ ਨਾ ਉੱਥੇ ਇੰਨੀ ਮੌਤਾਂ ਹੋਣੀ ਸੀ ਜਿੰਨੀ ਉੱਥੇ ਨਿਰਦੋਸ਼ ਲੋਕਾਂ ਦੇ ਉੱਤੇ ਹਮਲਾ ਹੋਇਆ ਜਾਂ ਉੱਥੇ ਗੋਲੀਬਾਰੀ ਹੋਈ ਉਹਦੇ ਵਿੱਚ ਆਪਾਂ ਨੂੰ ਥੋੜਾ ਸੋਚਣਾ ਪਊਗਾ ਸੋਚਣਾ ਪੈਣਾ ਬਿਲਕੁਲ ਨਾਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਵੀ ਸਰਕਾਰ ਢਾਉਣਾ ਚਾਹੁੰਦੀ ਸੀ ਦਰਬਾਰ ਸਾਹਿਬ ਨੂੰ ਠੀਕ ਹੈ ਬਦਲਾ ਲੈਣਾ ਚਾਹੁੰਦੀ ਸੀ ਪਤਾ ਅਸੀਂ ਮੋਰਚੇ ਬਣਾਉਣ ਲੱਗ ਪਏ ਪਤਾ ਲੱਗ ਗਿਆ ਸਾਨੂੰ ਵੀ ਸਰਕਾਰ ਚਾਹੁੰਦੀ ਆ ਇਹ ਨਾ ਸੋਚਿਆ ਵੀ ਉਹਨਾਂ ਦੇ ਕੋਲ ਟੈਂਕ ਆ ਉਹਨਾਂ ਦੇ ਕੋਲ ਜਹਾਜ਼ ਆ ਜਿਹੜੀਆਂ ਬਾਕੀ ਡੈਮੋਕਰੇਸੀਆਂ ਆ ਉਹ ਕਿੱਧਰ ਖੜਨਗੇ ਅਸੀਂ ਨਿਊਜ਼ੀਲੈਂਡ ਵਿੱਚ ਆ ਠੀਕ ਆ ਹੁਣ ਜਿਹੜੇ ਬੰਦੇ ਇੱਥੋਂ ਸਾਡੇ ਲੋਹਗੜ੍ਹ ਵਾਲੇ ਵੀ ਆ ਜਦੋਂ ਹੁਣ ਤਾਂ ਚੱਲ ਗਏ ਜਦੋਂ ਇੱਥੇ ਸੀਗੇ ਜਦੋਂ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਆਇਆ ਉਹ ਤੋਂ ਪਹਿਲਾਂ ਜਦੋਂ ਇਹ ਜਿਹੜੇ ਰੇਡੀਓ ਸਪਾਈਸ ਵਾਲੇ ਦੂਜੇ ਬੰਦੇ ਆ ਉਹਨਾਂ ਨੇ ਜਦੋਂ ਸਾਡੇ ਤੇ ਕੇਸ ਕਰਨੇ ਸ਼ੁਰੂ ਕੀਤੇ ਆ ਉਦੋਂ ਇਹ ਬੰਦੇ ਇੱਥੇ ਵਿੱਚ ਬੈਠੇ ਸੀ ਠੀਕ ਆ ਉਦੋਂ ਇਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ ਯਾਦ ਹੋਊਗਾ ਵੀ ਅਸੀਂ ਕਿੱਦਾਂ ਸੋਚਦੇ ਸੀ ਵੀ ਕਿਹੜੀ ਕਿਹੜੀ ਧਿਰ ਸਾਡੇ ਨਾਲ ਖੜੂਗੀ ਦਿਮਾਗ ਨੀ ਹੁੰਦਾ ਤੁਹਾਡੇ ਕੋਲ ਆਪਣਾ ਬਿਲਕੁਲ ਹੁੰਦਾ ਜੀ ਠੀਕ ਹੈ ਹੁਣ ਬਹੁਤ ਬੰਦੇ ਅਪਰੋਚ ਕਰਦੇ ਆ ਹੁਣ ਜਦੋਂ ਕਿੰਨੇ ਗੁਰਦੁਆਰੇ ਕਿੰਨੇ ਬੰਦਿਆਂ ਨੇ ਆ ਕੇ ਵੀ ਦੇਖੋ ਜੀ ਅੱਠ ਗੁਰਦੁਆਰਿਆਂ ਦੀ ਕਮੇਟੀ ਬਣ ਗਈ ਆ ਉਹ ਇੱਦਾਂ ਇਕੱਠੇ ਹੋਏ ਉਹ ਗੱਲ ਕਰਨੀ ਚਾਹੁੰਦੀ ਜੇ ਕਿੰਨੀਆਂ ਨੇ ਕਿਹਾ ਇੱਦਾਂ ਅਸੀਂ ਨੀ ਗੱਲ ਕੀਤੀ ਕਿਸੇ ਨਾਲ ਠੀਕ ਹੈ ਕਿਉਂਕਿ ਦਿਮਾਗ ਆਪਣਾ ਵਰਤਣਾ ਤੁਸੀਂ ਇਹਨਾਂ ਚੋਂ ਕੌਣ ਕੌਣ ਮੇਰੇ ਹੱਕ ਵਿੱਚ ਹੋਊਗਾ ਇੱਕ ਆਗੂ ਹੋਣ ਦੇ ਨਾਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਅਕਸਰ ਉਹਨਾਂ ਦੀਆਂ ਫੋਟੋ ਸਰਦਾਰ ਕਪੂਰ ਸਿੰਘ ਦੇ ਨਾਲ ਜਿਹੜਾ IAS ਅਫਸਰ ਸੀਗਾ ਆਜ਼ਾਦੀ ਤੋਂ ਪਹਿਲਾਂ ਦਾ ਉਸ ਵੇਲੇ ਦਾ ਪੜਿਆ ਆਇਆ ਸੀਗਾ DC ਰਹਿ ਚੁੱਕਾ ਬੰਦਾ ਪੋਲੀਟਿਕਸ ਨੂੰ ਜਾਣਦਾ ਤਿਹੱਤਰ ਦਾ ਜਿਹੜਾ ਹੈਗਾ ਆ ਸਾਡਾ ਆਨੰਦਪੁਰ ਵਾਲਾ ਮਤਾ ਉਹ ਕਪੂਰ ਸਿੰਘ ਨੇ ਲਿਖਿਆ ਹਾਂਜੀ ਠੀਕ ਹੈ ਸਵੇਗ ਸਿੰਘ ਜਿਹੜਾ ਮੁਕਤੀ ਵਾਹਨ ਸੈਨਾ ਦਾ ਮੁਖੀ ਬਣ ਕੇ ਉੱਥੇ ਜਾ ਕੇ 71 ਦੇ ਵਿੱਚ ਜਦੋਂ ਬੰਗਲਾਦੇਸ਼ ਬਣਿਆ ਸਾਰਾ ਕੁਝ ਕੀਤਾ ਠੀਕ ਹੈ ਉਹਨੂੰ ਸਵੇਗ ਸਿੰਘ ਨੂੰ ਉਦੋਂ ਚੰਗੀ ਤਰ੍ਹਾਂ ਪਤਾ ਹੋਣਾ ਆ ਵੀ ਜਦੋਂ ਇਹ ਹੋਇਆ ਪਾਕਿਸਤਾਨ ਦੇ ਅਗੇਂਸਟ ਉਹਦਾ ਇੱਕ ਦੇਸ਼ ਦਾ ਟੁਕੜਾ ਕੱਟ ਕੇ ਵੱਖਰਾ ਮੁਲਕ ਬਣਵਾਇਆ ਗਿਆ ਉਦੋਂ ਰਸ਼ੀਆ ਕਿੱਥੇ ਖੜਾ ਸੀਗਾ ਅਮਰੀਕਾ ਕਿੱਥੇ ਖੜਾ ਸੀ ਬਾਕੀ ਡੈਮੋਕਰੇਸੀਆਂ ਕਿੱਥੇ ਖੜੀਆਂ ਸੀ ਜੀ ਠੀਕ ਹੈ ਅਮਰੀਕਾ ਦੇ ਕਿਹਨੂੰ ਨੀ ਦੁਨੀਆਂ ਦੇ ਵਿੱਚ ਪਤਾ ਵੀ ਅਮਰੀਕਾ ਦੇ ਬਹੁਤ ਨੇੜਲੇ ਸੰਬੰਧ ਸੀ ਪਾਕਿਸਤਾਨ ਦੇ ਨਾਲ ਜੀ ਏਸ਼ੀਆ ਦੇ ਵਿੱਚ ਆਪਣੇ ਪੈਰ ਜਮਾਉਣ ਦੇ ਲਈ ਉਹ ਤਾਕਤਾਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਾਣੀ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਜਿਹੜੀਆਂ ਜੜਾਂ ਜਿੰਨੀਆਂ ਡੂੰਘੀਆਂ ਫਰਾਂਸ ਤੇ ਇੰਗਲੈਂਡ ਦੀਆਂ ਸੀਆਂ ਜੀ ਉਹ ਪਹਿਲੀ ਸੰਸਾਰ ਜੰਗ ਤੋਂ ਬਾਅਦ ਫਰਾਂਸ ਦੀ ਉਹ ਤਾਕਤ ਨਹੀਂ ਰਹੀ ਜੀ ਠੀਕ ਹੈ ਜੀ ਉਹ ਹਿਟਲਰ ਦੇ ਆਉਣ ਕਰਕੇ ਇਧਰੋਂ ਜਿਹੜਾ ਸੀਗਾ ਰਸ਼ੀਆ ਦੇ ਵਿੱਚ ਇੱਥੇ ਡਿਕਟੇਟਰਸ਼ਿਪ ਸੀਗੀ ਠੀਕ ਹੈ ਇਹਨਾਂ ਇਹ ਦੋ ਤਾਕਤਾਂ ਆਪਣੇ ਬਹੁਤ ਜ਼ਿਆਦਾ ਪੈਰ ਪਸਾਰ ਰਹੀਆਂ ਸੀ ਜੀ ਠੀਕ ਹੈ ਇੰਗਲੈਂਡ ਉਸ ਵੇਲੇ ਅਮਰੀਕਾ ਇੰਨੀਆਂ ਅੱਖਾਂ ਨਹੀਂ ਸੀ ਦਿਖਾ ਰਿਹਾ ਜਪਾਨ ਪੂਰੇ ਜੋਵਨ ਤੇ ਸੀ ਪਹਿਲੀ ਸੰਸਾਰ ਜੰਗ ਤੋਂ ਬਾਅਦ ਜੀ ਠੀਕ ਹੈ ਜਦੋਂ ਦੂਜੀ ਸੈਕਿੰਡ ਵਰਲਡ ਵਾਰ ਖਤਮ ਹੋਈ ਆ ਉਸ ਵੇਲੇ ਜਰਮਨ ਵੀ ਠੰਡਾ ਪੈ ਗਿਆ ਜੀ ਠੀਕ ਹੈ ਜਪਾਨ ਵੀ ਠੰਡਾ ਪੈ ਗਿਆ ਅਮਰੀਕਾ ਨੇ ਸਭ ਤੋਂ ਅਮਰੀਕਾ ਤੇ ਰਸ਼ੀਆ ਨੇ ਤਾਕਤ ਫੜੀ ਆ ਜੀ ਠੀਕ ਹੈ ਦੋ ਦੋ ਏਦਾਂ ਦੀਆਂ ਧਿਰਾਂ ਖੜੀਆਂ ਹੋਈਆਂ ਸਾਰੀ ਦੁਨੀਆਂ ਨੂੰ ਨਚਾਉਂਦੀਆਂ ਰਹੀਆਂ ਉਹ ਠੀਕ ਹੈ ਹੁਣ ਉਹਦੇ ਵਿੱਚ ਏਸ਼ੀਆ ਦੇ ਵਿੱਚ ਚਾਈਨਾ ਇੱਕ ਪਾਸੇ ਜਿੱਥੇ ਡਿਕਟੇਟਰਸ਼ਿਪ ਆ ਕਮਿਊਨਿਜ਼ਮ ਆ ਜੀ ਠੀਕ ਹੈ ਉਹਨੂੰ ਹੱਥ ਪਾਉਣਾ ਉਦਾਂ ਸੌਖਾ ਨਹੀਂ ਸੀ ਏਸ਼ੀਆ ਚ ਸਭ ਤੋਂ ਵੱਡਾ ਉਦਾਂ ਵੀ ਕੰਟਰੀ ਤੇ ਪਾਪੂਲੇਟਡ ਕੰਟਰੀ ਜਿਹੜਾ ਉਹ ਇੰਡੀਆ ਸੀ ਜੀ ਠੀਕ ਹੈ ਹੁਣ ਇੰਡੀਆ ਦੇ ਵਿੱਚ ਜੇ ਰਸ਼ੀਆ ਦੀ ਇੰਡੀਆ ਦੇ ਨਾਲ ਦੋਸਤੀ ਆ ਤਾਂ ਓਬਵੀਅਸਲੀ ਜਿਹੜੀ ਰਸ਼ੀਆ ਦੀ ਵਿਰੋਧੀ ਤਾਕਤ ਆ ਉਹ ਕਿਤੇ ਨਾ ਕਿਤੇ ਦਾ ਪੈਰ ਪਸਾਉਣਾ ਚਾਹੂਗੀ ਨਾ ਆਪਣਾ ਹਾਂਜੀ ਠੀਕ ਹੈ ਅਮਰੀਕਾ ਤਾਂ ਖੇਡ ਹੀ ਖੇਡਦਾ ਰਿਹਾ ਆ
ਜਦੋਂ ਆਪਣੀ ਗੋਲਫ ਦੇ ਵਿੱਚ ਆ ਜਿਹੜੇ ਜਿੰਨੇ ਹੈਗੇ ਆ ਅਰਬਾਂ ਦੀ ਕੰਟਰੀ, ਉਹਦੇ ਵਿੱਚ ਕਿੰਨੇ ਕੰਟਰੀਆਂ ਦੇ ਵਿੱਚ ਉਹਨਾਂ ਆਪਣੀਆਂ ਜਗ੍ਹਾ ਬਣਾ ਬਣਾ ਕੇ ਚੱਕ ਕੇ ਇੱਕ ਜਿਹੜੀ ਤੱਕ ਥੋੜੀ ਜਿਹੀ ਆਪਣੇ ਆਪ ਨੂੰ ਜ਼ੋਰ ਫੜਾਉਂਦੀ ਸੀ, ਉੱਥੇ ਜਾ ਕੇ ਬੈਠਾ ਹੋਵੇ, ਜਾ ਕੇ ਹਥਿਆਰ ਵੇਚਣ ਦੀ ਵੀ ਗੱਲ ਆਈ ਹੈ, ਸਾਰਾ ਕੁਛ ਆਇਆ। ਹੁਣ 71 ਵੇਲੇ ਜੋ ਕੁਛ ਹੋਇਆ ਉਦੋਂ ਅਮਰੀਕਾ ਕਿਹੜੇ ਪਾਸੇ ਖੜ, ਜਦੋਂ ਰਸ਼ੀਆ ਇੰਡੀਆ ਦੇ ਨਾਲ ਆ ਤੇ ਓਬਵੀਅਸ ਆ ਅਮਰੀਕਾ ਕਿਹੜੇ ਪਾਸੇ ਖੜੂਗਾ, ਵਿਰੋਧੀ ਤੇ ਇਹ ਗੱਲ ਸਵੇਗਸ ਨੂੰ ਪਤਾ ਨਹੀਂ ਸੀ, ਬਿਲਕੁਲ ਪਤਾ ਤੇ ਉਸ ਵੇਲੇ ਉਦੋਂ ਸਮਝਾਈ ਨਾ ਉਹਨੇ ਇਹਨੂੰ ਸਮਝਾਈ, ਭਾਈ ਮਿਲਟਰੀ ਦੇ ਵਿੱਚੋਂ ਮੈਂ ਆਇਆ, ਮਿਲਟਰੀ ਦੀਆਂ ਤਾਕਤਾਂ ਇੱਦਾਂ ਕੰਮ ਕਰਦੀਆਂ, ਇੰਨੀ ਤਾਕਤ ਆ ਉਹਨਾਂ ਦੇ ਕੋਲ, ਗੱਲ ਤੇ ਹੋਈ ਹੋਊਗੀ, ਬੰਗਲਾਦੇਸ਼ ਬਣਾਉਣ ਦੇ ਲਈ ਆਹ ਕੁਛ ਕਰ ਦਿੱਤਾ ਸੀ, ਇੰਨੇ ਹਜ਼ਾਰ ਮਿਲਟਰੀ ਦੇ ਇੱਦਾਂ ਇੱਦਾਂ ਹਥਿਆਰ ਸਟਾ ਕੇ ਰੱਖ ਦਿੱਤੇ ਸੀ, ਉਹ ਸਾਰਾ ਫਿਗਰ ਉਹਨਾਂ ਦੇ ਉਂਗਲਾਂ ਤੇ ਹੋਏਗਾ, ਉਂਗਲਾਂ ਤੇ ਹੋਏਗਾ ਨਾ, ਕਿੰਨੀ ਤਾਕਤ, ਕਿੰਨੇ ਬੰਦੇ ਆ, ਕਿੱਦਾਂ ਦੇ ਹਥਿਆਰ ਆ, ਕਿਹੜੀਆਂ ਗੱਲਾਂ, ਕਿੰਨੀ ਇੰਦਰਾ ਗਾਂਧੀ ਵਰਗੀ ਛਾਤਰ ਔਰਤ ਜਿਹੜੀ ਦੁਨੀਆਂ ਦੇ ਵਿੱਚ ਆਪਣੀ ਧਾਂਕ ਜਮਾ ਕੇ ਬੈਠੀ ਆ, ਇੱਦਾਂ ਕਿੱਦਾਂ ਹੋ ਸਕਦੀ ਭੀ ਮਿਲਟਰੀ ਜੋ ਕੁਛ ਉਹਦੇ ਕੋਲ ਹੈਗਾ ਆ ਸਾਰੇ ਦਾ ਸਾਰਾ ਡਿਕਲੇਅਰ ਕਰਕੇ ਬੈਠੀ ਹੁੰਦੀ ਉਹ, ਠੀਕ ਆ, ਉਹ ਤਾਂ 70-80% ਇੱਦਾਂ ਦਾ ਅੰਦਾਜ਼ਾ ਲਾਉਣਾ ਚਾਹੀਦਾ ਭੀ 20-30% ਉਹ ਡਿਕਲੇਅਰ ਕਰਦੀ ਹੋਊਗੀ, 70-80% ਜਿਹੜਾ ਦੱਬ ਕੇ ਬੈਠੀ ਹੋਊਗੀ, ਜਿੰਨਾ ਕਹਿ ਰਹੇ ਆ ਉਹ, ਔਰ ਜਿੰਨਾ ਕਹਿ ਵੀ ਰਹੇ ਸੀ ਉਹਦੇ ਰਾਹੀ ਵੀ ਉਹਨਾਂ ਨੇ ਪਾਕਿਸਤਾਨ ਤੋੜ ਕੇ ਰੱਖ ਦਿੱਤਾ, ਠੀਕ ਹੈ, ਔਰ ਉਹ ਤੋਂ ਬਾਅਦ ਉਹਨੂੰ ਇੰਡੀਆ ਦੇ ਵਿੱਚੋਂ ਕਿੰਨੀ ਤਾਕਤ ਮਿਲੀ, ਉਹਨੂੰ ਵਰਲਡ ਵਾਈਡ ਕਿੱਦਾਂ ਦੀ ਲੀਡਰ ਬਣ ਕੇ ਉਭਰੀ ਉਹ, ਹਨਾ, ਫਿਰ ਉਹ ਪ੍ਰਧਾਨ ਮੰਤਰੀ ਹੋਵੇ, ਕੁਛ ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਹੁੰਦਾ, ਮੋਦੀ ਵਰਗਾ ਹੁੰਦਾ, ਕੋਈ ਕਾਇਰ ਹੁੰਦਾ, ਬੰਦਾ ਸੋਚਦਾ ਵੀ ਚਲੋ ਫੈਸਲਾ ਨਹੀਂ ਲਿਆ ਜਾਣਾ, ਦੁਨੀਆਂ ਦੇ ਵਿੱਚ ਵੈਸੇ ਵੀ ਜਿੰਨੀਆਂ ਡਿਕਟੇਟਰਸ਼ਿਪਾਂ ਜਿੱਥੇ ਵੀ ਜਿਹੜੇ ਮੁਲਕ ਦੇ ਵਿੱਚ ਵੀ ਨਾ ਤਾਕਤ ਦਾ ਕੇਂਦਰੀਕਰਨ ਹੋਇਆ ਆ, ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਿਓ, ਉੱਥੇ ਉੱਥੇ ਉਹਨਾਂ ਮੁਲਕਾਂ ਦੇ ਨਾਲ ਮੱਥਾ ਲਾਉਣਾ ਬਹੁਤ ਔਖਾ ਹੋਇਆ, ਕਿਤੇ ਕਤਾਈ ਹੋਇਆ ਵੀ ਜਦੋਂ ਸੀਰੀਆ ਦੀ ਗੱਲ ਹੋਈ ਆ, ਜਦੋਂ ਤਨੀਸ਼ੀਆ ਦੀ ਗੱਲ ਹੋਈ ਆ, ਜਿਹੜੇ ਉਹਨਾਂ ਦੇ ਡਿਕਟੇਟਰ ਸੀਗੇ ਨਾ, ਵੀ ਇੱਕਦਮ ਲੁਕਾਈ ਜਿਹੜੀ ਆ ਉੱਠੀ ਇੱਦਾਂ ਇੱਦਾਂ ਤੂਫਾਨ ਵਾਂਗ, ਠੀਕ ਆ, ਵੀ ਚੱਲਿਆ ਹੀ ਕੁਛ ਨੀ, ਉੱਥੇ ਹੋ ਗਿਆ, ਇੰਡੀਆ ਦੇ ਵਿੱਚ ਤਾਂ ਲੋਕਾਂ ਦੇ ਉੱਠਣ ਦੀ ਸੰਭਾਵਨਾ ਕੋਈ ਨੀ ਹੈਗੀ, ਇੱਥੇ ਤਾਂ ਕਿੱਦਾਂ ਲਹਿਰ ਬਣ ਕੇ ਉੱਠ ਸਕਦੇ ਆ, ਉੱਥੇ ਇੰਦਰਾ ਗਾਂਧੀ ਵਰਗੀ ਜਿਹੜੀ ਛਾਤਰ ਔਰਤ ਆ, ਜਿਹੜੀ ਆਪਣੇ ਬਾਪ ਜਾਣੀ ਜਦੋਂ ਨਾ ਨਹਿਰੂ ਦਾ ਟਾਈਮ ਸੀ, ਉਦੋਂ ਜੇ ਤੁਸੀਂ ਕਾਂਗਰਸ ਦੀ ਹਾਲਤ ਦੇਖੋ, ਇੱਦਾਂ ਦੇ ਧੁਰੰਦਰ ਲੀਡਰ ਬੈਠੇ ਆ ਜਿਹਨਾਂ ਨੂੰ ਪਛਾੜ ਕੇ ਜਾਣੀ ਇੱਦਾਂ ਗਈ ਆ, ਸਾਰਿਆਂ ਤੋਂ ਅੱਗੇ ਹੋਈ ਆ, ਠੀਕ ਹੈ, ਉਹਨਾਂ ਜਿਹੜੇ ਬੰਦੇ ਆਜ਼ਾਦੀ ਦੇ ਟਾਈਮ ਜਿਹੜੇ ਬੰਦੇ ਅੰਗਰੇਜ਼ਾਂ ਦੇ ਜਿਹੜੇ ਇਹਨਾਂ ਦੇ ਗਵਰਨਰ ਜਨਰਲ ਸੀ ਨਾ, ਉਹਨਾਂ ਦੇ ਨਾਲ ਪੜ੍ਹੇ ਹੋਏ ਬੰਦੇ, ਉਹਨਾਂ ਦੇ ਨਾਲ ਹੰਡੇ ਹੋਏ ਦੁਨੀਆਂ ਦੇ ਦੁਨੀਆਂ ਦੀਆਂ ਡੈਮੋ ਦੁਨੀਆਂ ਦੀਆਂ ਤਾਕਤਾਂ ਨੂੰ ਸਮਝਦੇ ਹੋਏ ਬੰਦੇ ਜਿਹੜੇ ਆ ਉਦੋਂ ਮੌਜੂਦ ਬੈਠੇ ਸੀ, ਉਹਨਾਂ ਦਾ ਨੰਬਰ ਨਹੀਂ ਆਇਆ, ਉਹਨਾਂ ਦੇ ਵਿੱਚੋਂ ਨਿਕਲ ਕੇ ਗਈ ਆ ਜਾਣੀ, ਸਾਰਿਆਂ ਨੂੰ ਕ੍ਰੋਸ ਕਰ ਗਏ, ਠੀਕ ਹੈ, ਹੁਣ ਜ਼ਰੂਰੀ ਥੋੜੋ ਵੀ ਨਹਿਰੂ ਦੀ ਕੁੜੀ ਕਰਕੇ ਗਈ ਆ ਉਹ, ਇੱਦਾਂ ਪੋਲੀਟਿਕਸ ਵਿੱਚ ਕੌਣ ਸਕਾ ਹੋ ਸਕਦਾ ਕਿਸੇ ਦਾ, ਜਿਹੜੇ ਬੰਦੇ ਇੰਨੇ ਚਿਰ ਤੇ ਤਾਕ ਲਾ ਕੇ ਬੈਠੇ ਸੀਗੇ, ਉਹ ਤਾਂ ਚਾਹੁੰਦੇ ਹੋਣੇ ਗੱਦੀ ਨਹਿਰੂ ਮਰੇ ਤਾਂ ਸਾਡਾ ਸੂਤ ਆਵੇ, ਉਹਨਾਂ ਦੇ ਵਿੱਚੋਂ ਨਿਕਲ ਕੇ ਗਈ ਆ, ਤੇ ਉਹ ਬਾਕੀ ਵੀ ਅਮਰੀਕਾ ਦੇ ਜਿਹੜੇ ਰਸ਼ੀਆ ਦੇ ਨਾਲ ਜਿੰਨਾ ਉਹਦਾ ਵਿਗਾੜ ਸੀਗਾ, ਠੀਕ ਆ, ਤੇ ਬਾਕੀ ਦੂਜੇ ਮੁਲਕਾਂ ਦਾ ਜਿਹੜਾ ਇੰਨੀ ਇਹਨਾਂ ਨੂੰ ਸਮਝ ਨਾ ਆਈ ਵੀ ਜੇ ਇੰਡੀਆ ਵਰਗੀ ਡੈਮੋਕਰੇਸੀ ਜਿਹੜੀ ਆ ਜਿਹੜੀ ਦੁਨੀਆਂ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਆ, ਹੁਣ ਵੀ ਜਦੋਂ ਮੋਦੀ ਬਣਿਆ ਨਾ ਅਸੀਂ ਸਿੱਖ ਗਾਲਾਂ ਕੱਢੀ ਜਾਂਦੇ ਹਾਂ, ਪਰ ਸੰਸਾਰ ਦੀਆਂ ਜਿੰਨੀਆਂ ਵੱਡੀਆਂ ਡੈਮੋਕਰੇਸੀਆਂ ਆ ਉਹਨਾਂ ਦੇ ਮਨ ਦੇ ਵਿੱਚ ਮੋਦੀ ਲਈ ਬਹੁਤ ਜ਼ਿਆਦਾ ਰਿਸਪੈਕਟ ਆ, ਉਹ ਕਹਿੰਦੇ ਪਏ ਨੇ ਲੋਕਾਂ ਨੂੰ ਕਨਵਿੰਸ ਕਿੱਦਾਂ ਕੀਤਾ, ਠੀਕ ਹੈ ਨਾ, ਬੂਟਾਂ ਪਈਆਂ ਅਕਸਰ, ਬਿਲਕੁਲ ਜੀ, ਤੁਸੀਂ ਅਸੀਂ ਰੌਲਾ ਪਾਈ ਜਾਂਦੇ ਵੀ ਮਸ਼ੀਨਾਂ ਦੀ ਹੇਰਾਫੇਰੀ ਹੋ ਗਈ, ਆਹ ਹੋ ਗਈ, ਆਹ ਹੋ ਗਈ, ਠੀਕ ਹੈ, ਤੇ ਬਾਕੀ ਪ੍ਰਧਾਨ ਮੰਤਰੀ ਨਹੀਂ ਕਰਦੇ, ਉਹਨਾਂ ਨੇ ਨਾ ਕਰ ਲਈਆਂ, ਫਿਰ ਜਦੋਂ ਕਾਂਗਰਸ ਦੀ ਸਰਕਾਰ ਸੀਗੀ
ਬਾਗਰੋਡ ਤਾਂ ਉਹਨਾਂ ਦੇ ਹੱਥ ਵਿਚ ਆ, ਅਸੀਂ ਗੁਰਦੁਆਰਿਆਂ ਦੇ ਵਿਚ ਬੈਠੇ ਆ ਜਿਹੜੇ ਸਾਰਿਆਂ ਨੂੰ ਪਤਾ ਨੀ ਜਦੋਂ ਵੋਟਾਂ ਕੁਛ ਹੁੰਦਾ ਜਿਹੜੀ ਕਮੇਟੀ ਆਰਗੇਨਾਈਜ਼ ਕਰ ਰਹੀ ਆ ਉਸ ਵੇਲੇ ਤਾਂ ਉਹਦੇ ਹੱਥ ਵਿਚ ਹੁੰਦਾ ਹੈ ਸਾਰਾ ਕੁਛ, ਉਹਦੇ ਹੱਥ ਚ ਹੁੰਦਾ, ਮਸ਼ੀਨਾਂ ਆਰਗੇਨਾਈਜ਼ ਕਰਨੀਆਂ ਉਹਨੇ, ਉਹਨਾਂ ਦੇ ਹੱਥ ਵਿਚ ਹੁੰਦੀਆਂ ਵਿਰੋਧੀ ਪਾਰਟੀ ਦੇ ਪ੍ਰਬੰਧ ਹੀ ਉਹ ਕਰਨਗੇ ਜਿਨ੍ਹਾਂ ਨੇ ਆਰਗੇਨਾਈਜ਼ ਕਰਨਾ, ਫਿਰ ਜਿਨ੍ਹਾਂ ਇਲੈਕਸ਼ਨ ਆਰਗੇਨਾਈਜ਼ ਕਰਨਾ ਉਹ ਪ੍ਰਬੰਧ ਉਹੀ ਕਰਨਗੇ ਸਾਰਾ, ਠੀਕ ਹੈ ਨਾ। ਤੇ ਉਹ ਉਹ ਇੱਕ ਲਹਿਰ ਖੜੀ ਕੀਤੀ ਹੈ ਜਾਣੀ, ਹੁਣ ਉਹ ਚੀਜ਼ ਅਗਲੇ ਇੰਨੀ ਪੱਪ ਜਾਣੀ, ਚਾਈਨਾ ਬੇਸ਼ੱਕ ਇੰਡੀਆ ਦੇ ਨਾਲੋਂ ਜ਼ਿਆਦਾ ਪਾਪੂਲੇਸ਼ਨ ਵਾਲਾ ਕੰਟਰੀ ਆ, ਪਰ ਉੱਥੇ ਵਨ ਪਾਰਟੀ ਰੂਲ ਆ, ਉੱਥੇ ਡੈਮੋਕ੍ਰੇਸੀ ਨੀ ਹੈਗੀ ਜੀ, ਠੀਕ ਹੈ। ਉੱਥੇ ਦੂਜੀਆਂ ਪਾਰਟੀਆਂ ਨੂੰ ਹੱਕ ਹੀ ਨੀ ਹੈਗਾ ਕੋਈ ਵੀ ਕਿਸੇ ਨੂੰ ਖੜਨੇ ਦਾ, ਡਿਕਟੇਟਰਸ਼ਿਪ ਵਾਲਾ ਕੰਮ ਆ। ਹੁਣ ਪਾਪੂਲੇਸ਼ਨ ਦੇ ਪੱਖੋਂ ਇੰਡੀਆ ਦੂਜੇ ਨੰਬਰ ਤੇ ਆ, ਪਰ ਦੁਨੀਆਂ ਦੇ ਵਿਚ ਡੈਮੋਕ੍ਰੇਸੀਆਂ ਦੇ ਵਿਚ ਪਹਿਲੇ ਨੰਬਰ ਤੇ ਆ, ਠੀਕ ਹੈ। ਇੰਨੀ ਪਾਪੂਲੇਸ਼ਨ ਕਿਸੇ ਕੰਟਰੀ ਦੀ ਨਹੀਂ ਹੈਗੀ, ਠੀਕ ਹੈ ਜੀ, ਠੀਕ ਹੈ। ਉਹ ਤਾਂ ਹੁਣ ਬਾਕੀ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜਿੱਥੇ 120-125 crore ਦੀ ਗੱਲ ਆਉਂਦੀ ਆ, ਹੁਣ ਕੋਈ ਕਿਸੇ ਕੰਟਰੀ, ਹੁਣ ਨਿਊਜ਼ੀਲੈਂਡ ਦੇ ਵਿਚ 45 lakh, ਲੁਧਿਆਣੇ ਜਿੰਨੀ ਪਾਪੂਲੇਸ਼ਨ ਆ ਸਾਰੀ। ਹੁਣ ਇਹ ਇਹ ਜਿਹੜੇ ਜਦੋਂ ਇਹਨਾਂ ਨੇ ਵੋਟਾਂ ਪਾਉਣੀਆਂ ਆ, ਇਹਨਾਂ ਦੇ ਮਨ ਤੇ ਤਾਂ ਅਸਰ ਪੈਣਾ ਹੀ ਆ ਭਾਈ ਯਾਰ, ਉਹ ਇੰਨੇ ਲੋਕਾਂ ਨੂੰ ਕਿੱਦਾਂ ਕੰਟਰੋਲ ਕੀਤਾ ਉਹਨੇ। ਤੇ ਜਿੱਦਣ ਇੰਡੀਆ ਵਰਗਾ ਮੁਲਕ ਟੁੱਟਣ ਲੱਗਾ, ਉਦਣ ਇਹ ਜਿਹੜੇ ਮੁਲਕ ਆ, ਨਿਊਜ਼ੀਲੈਂਡ ਆ, ਆਸਟ੍ਰੇਲੀਆ ਆ, ਇੰਗਲੈਂਡ ਆ, ਕੈਨੇਡਾ ਆ, ਅਮਰੀਕਾ ਆ, ਅਮਰੀਕਾ ਤਾਂ ਹੈਗਾ ਹੀ, ਉਹਨੇ ਤਾਂ ਸਟੇਟਾਂ ਨੂੰ ਅਧਿਕਾਰ ਬਹੁਤ ਜ਼ਿਆਦਾ ਦਿੱਤੇ ਹੋ ਜੀ। ਉੱਥੇ ਤਾਂ ਵੱਖਰੇ ਵੱਖਰੇ ਮੁਲਕਾਂ ਵਾਂਗ ਉਹ ਸਟੇਟਾਂ ਦਾ ਸੰਗ੍ਰਹਿ ਆ, ਮੁਲਕਾਂ ਦਾ ਸੰਗ੍ਰਹਿ ਆ ਆਪਣੇ ਆਪ ਦੇ ਵਿੱਚ, ਠੀਕ ਹੈ। ਅਮਰੀਕਾ ਸਹੀ ਮੈਨੀ ਅੱਜ ਹੈਗਾ, ਇੰਡੀਆ ਵੀ ਫੈਡਰਲ ਢਾਂਚਾ ਆ, ਇੰਡੀਆ ਵੀ ਸੰਵਿਧਾਨ ਦੇ ਵਿਚ ਅਸੀਂ ਇਹੀ ਕਹਿੰਦੇ ਹਾਂ ਵੀ ਉਹ ਜਿਹੜਾ ਜਿਹੜਾ ਜਿਹੜੀਆਂ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਅਧਿਕਾਰ ਉਹਨੂੰ ਆਪੋ ਆਪਣੇ ਦਿੱਤੇ ਹੋ, ਪਰ ਅਮਰੀਕਾ ਦੇ ਵਿਚ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਹੋ। ਜਿੱਦਾਂ ਹੁਣ ਇੰਗਲੈਂਡ ਆ, ਸਕਾਟਲੈਂਡ, ਵੇਲਸ, ਉਹ ਵੱਖਰੇ ਵੱਖਰੇ ਕੰਟਰੀ ਆ, ਠੀਕ ਹੈ। ਉਹਨਾਂ ਨੂੰ ਮਿਲ ਕੇ ਯੂਨਾਈਟਿਡ ਕਿੰਗਡਮ ਕਹਿੰਦੇ ਆ, ਯੂਨਾਈਟਿਡ ਕਿੰਗਡਮ ਕਹਿੰਦੇ, ਹਾਂ ਠੀਕ ਹੈ। ਇੰਗਲੈਂਡ ਉਦਾਂ ਆਪਣੇ ਆਪ ਦੇ ਵਿਚ ਇੱਕ ਆ, ਠੀਕ ਹੈ। ਤੇ ਸਕਾਟਲੈਂਡ ਆ, ਵੇਲਸ ਆ, ਇੱਦਾਂ। ਪਰ ਹੁਣ ਉਹ ਉਹਨਾਂ ਨੂੰ ਨੀ ਫਿਕਰ ਇੱਦਾਂ ਵੀ ਜੇ ਪੰਜਾਬ ਇੱਦਾਂ ਟੁੱਟ ਗਿਆ, ਇੰਡੀਆ ਇੱਦਾਂ ਟੁੱਟ ਗਿਆ, ਜੰਮੂ ਕਸ਼ਮੀਰ ਤਿਆਰ ਬੈਠਾ, ਉਧਰ ਅਸਾਮ ਤੇ ਉਹ ਬੈਠੇ ਆ, ਦੁਨੀਆ ਦੀ ਇਕੋਨਮੀ ਤੇ ਪਤਾ ਕਿੰਨਾ ਅਸਰ ਪੈਂਦਾ ਇੱਦਾਂ ਜਦੋਂ ਇੱਕ ਥਾਂ ਤੇ ਇੱਦਾਂ ਦਾ ਕੁਛ ਵਾਪਰਦਾ, ਤੇ ਦੂਜਿਆਂ ਨੂੰ ਇਨਕਰੇਜਮੈਂਟ ਕਿੰਨੀ ਮਿਲਦੀ ਆ, ਠੀਕ ਹੈ ਜੀ, ਠੀਕ ਹੈ। ਹੁਣ ਉਹ ਜਿਹੜੀਆਂ ਡੈਮੋਕ੍ਰੇਸੀਆਂ ਆ, ਉਹ ਇਹ ਅਮਰੀਕਾ ਵਰਗੇ ਜਿਹੜੇ ਇੰਗਲੈਂਡ, ਫਰਾਂਸ ਵਰਗੇ, ਜਰਮਨੀ ਵਰਗੇ ਸਿਆਣੇ ਮੁਲਕ ਆ, ਉਹ ਇਹ ਕਾਤੇ ਚਾਹੁਣਗੇ ਵੀ ਪਹਿਲਾਂ ਅੱਗ ਇੰਡੀਆ ਚ ਬੰਨ ਲੈਣ ਦਿਓ, ਜਦੋਂ ਸਾਡੇ ਵੱਲ ਆਊਗੀ ਫਿਰ ਬੁਝਾਵਾਂਗੇ ਅਸੀਂ, ਕਿੱਦਾਂ ਚਾਹੁਣਗੇ ਉਹ? ਕਦੇ ਵੀ ਨੀ। ਕਿਉਂ ਅਫਗਾਨਿਸਤਾਨ ਚ ਜਾ ਕੇ ਅਗਲੇ ਨੇ ਪੰਗਾ ਲਿਆ ਅਮਰੀਕਾ ਨੇ? ਕਿਉਂ ਫਰਾਂਸ ਤੇ ਜਰਮਨ ਸਾਰੇ ਕੰਟਰੀਆਂ ਨੇ ਉਹਨਾਂ ਦਾ ਸਾਥ ਦਿੱਤਾ? ਇਰਾਕ ਵਿਚ ਹੋ ਰਹੇ ਧੱਕੇ ਬਾਰੇ ਕਿਉਂ ਨੀ ਬੋਲੇ? ਅਗਲੇ ਨੂੰ ਡਰ ਇਹ ਆ ਵੀ ਉਹਦੇ ਘਰ ਚ ਦਬਾ ਦਿਓ, ਠੀਕ ਆ, ਨਹੀਂ ਤਾਂ ਚੱਕ ਕੇ ਇਹ ਅੱਗ ਸਾਡੇ ਅੰਦਰ ਇੱਥੇ ਅੱਗ ਲੱਗੀ, ਫਿਰ ਉਹ ਸਾਡੇ ਤੱਕ ਵੀ ਪਹੁੰਚੂਗੀ, ਠੀਕ ਹੈ ਨਾ। ਹੁਣ ਉਸ ਵੇਲੇ ਇੰਦਰਾ ਗਾਂਧੀ ਦਾ ਵਿਰੋਧ ਕਿਉਂ ਕਰਨਗੇ ਲੋਕ? ਇੰਨੀ ਗੱਲ ਸਾਡੇ ਆਗੂਆਂ ਨੂੰ ਸਮਝ ਨਹੀਂ ਸੀਗੀ। ਹੁਣ ਅਸੀਂ ਜਦੋਂ ਇਹ ਢਿੱਲੋਂ ਵਰਗੇ ਬੰਦੇ ਕਹਿੰਦੇ ਆ ਵੀ ਬਹੁਤ ਦਲੇਰ ਸੀ, ਬਹੁਤ ਸਿਆਣਾ ਸੀ, ਬਹੁਤ ਸ਼ਾਤਰ ਸੀ, ਮਤਲਬ ਕੀ ਕੀ ਕੋਈ ਦੱਸੋ ਵੀ ਨਾ ਤੁਸੀਂ, ਤੁਹਾਨੂੰ ਐਗਜ਼ਾਮਪਲ ਤੇ ਦੇਣੀ ਪਊਗੀ, ਦੇਣੀ ਪਊਗੀ ਨਾ ਆਹ ਜਿਹੜੀ ਹੁਣ ਅਜਮੇਰ ਸਿੰਘ ਆ ਉਹ ਗੱਲਾਂ ਪੇ, ਉਹ ਰੂਹਾਨੀਅਤ ਸੀ ਉਹਦੇ ਚ, ਆਹ ਸੀ,